ਦੋਸਤੋ ਪੰਜਾਬ ਫਾਜ਼ਿਲਕਾ ਵਿੱਚ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਜੀ। ਕਿਵੇਂ ਤੁਸੀਂ ਅਪਲਾਈ ਕਰਨਾ, ਕੌਣ ਕੌਣ ਅਪਲਾਈ ਕਰ ਸਕਦਾ, ਏਜ ਕੀ ਹੋਵੇਗੀ, ਕੁਆਲੀਫਿਕੇਸ਼ਨ ਕੀ ਹੋਵੇਗੀ, ਪੂਰਾ ਡਿਟੇਲ 'ਚ ਦੱਸਾਂਗਾ। ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ। ਜੇਕਰ ਦੋਸਤੋ ਮੇਰੇ ਚੈਨਲ 'ਤੇ ਪਹਿਲੀ ਵਾਰ ਵਿਜਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਹਰ ਇੱਕ ਸਰਕਾਰੀ ਨੌਕਰੀ ਦੀ ਅਪਡੇਟ ਸਭ ਤੋਂ ਪਹਿਲਾਂ ਪਾਉਣ ਲਈ। ਚਲੋ ਦੋਸਤੋ ਇੱਦਾਂ ਵੀਡੀਓ ਸ਼ੁਰੂ ਕਰਦੇ ਹਾਂ। ਦੋਸਤੋ ਇਸ ਨੋਟੀਫਿਕੇਸ਼ਨ ਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ 'ਚ ਦੇ ਦੇਵਾਂਗਾ, ਉੱਥੋਂ ਤੁਸੀਂ ਡਾਊਨਲੋਡ ਕਰਕੇ ਇੱਕ ਵਾਰ ਚੰਗੀ ਤਰ੍ਹਾਂ ਪੜ੍ਹ ਲੈਣਾ ਜੀ। ਪੜ੍ਹਨ ਤੋਂ ਬਾਅਦ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰਨਾ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਹੈਲਪਲਾਈਨ ਨੰਬਰ 'ਤੇ ਕਾਲ ਕਰਕੇ ਜਾਂ ਉਹਨਾਂ ਦੀ ਮੇਲ ਆਈਡੀ 'ਤੇ ਮੇਲ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ ਜੀ। ਦੋਸਤੋ ਅੱਜ ਦਾ ਨੋਟੀਫਿਕੇਸ਼ਨ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਫਾਜ਼ਿਲਕਾ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ। ਇਸ ਨੋਟੀਫਿਕੇਸ਼ਨ ਉੱਪਰ ਮੈਂ ਪਹਿਲਾਂ ਵੀ ਵੀਡੀਓ ਬਣਾ ਚੁੱਕਾ ਜੀ। ਅੱਜ ਵੀਡੀਓ ਬਣਾਉਣ ਦਾ ਮਕਸਦ ਕੀ ਹੈ ਜੀ, ਜੋ ਅਪਲਾਈ ਕਰਨ ਦੀ ਡੇਟ ਸੀ ਜੀ 20/10/2019 ਸੀ, ਉਹਨੂੰ ਵਧਾ ਕੇ ਜੀ 20/11/2019 ਕਰ ਦਿੱਤਾ ਗਿਆ ਜੀ। ਤੁਸੀਂ 20/11/2019 ਤੱਕ ਅਪਲਾਈ ਕਰ ਸਕਦੇ ਹੋ ਜੀ। ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ SAS ਦੇ ਦਿਸ਼ਾ ਨਿਰਦੇਸ਼ਾਂ ਹੇਠ ਫਾਜ਼ਿਲਕਾ, ਅਬਹੌਰ, ਜਲਾਲਾਬਾਦ ਅਤੇ ਪਿੰਡਾਂ ਵਿਖੇ ਪੈਰਾਲੀਗਲ ਵਲੰਟੀਅਰ ਦੀ ਨਿਯੁਕਤੀ ਕੀਤੀ ਜਾਣੀ ਹੈ। ਇਸ ਸੰਬੰਧ ਵਿੱਚ ਜੋ ਯੋਗ ਉਮੀਦਵਾਰ ਨੇ ਉਹਨਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਦੋਸਤੋ ਇਹਨਾਂ ਪੋਸਟਾਂ ਲਈ ਮੇਲ ਅਤੇ ਫੀਮੇਲ ਦੋਨੋਂ ਹੀ ਕੈਂਡੀਡੇਟਸ ਅਪਲਾਈ ਕਰ ਸਕਦੇ ਨੇ ਜੀ। ਘੱਟੋ ਘੱਟ ਯੋਗਤਾ ਜੀ 10ਵੀਂ ਪਾਸ, ਜਾਂ ਤੁਸੀਂ 8ਵੀਂ ਪਾਸ ਕੀਤੀ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ। 10ਵੀਂ ਪਾਸ ਹੈ ਜੀ ਮਰਦਾਂ ਲਈ, ਮਿਡਲ ਪਾਸ ਹੈ ਜੀ ਔਰਤਾਂ ਲਈ। ਅਰਜ਼ੀ ਦੇਣ ਦੀ ਆਖਰੀ ਮਿਤੀ 20/11/2019 ਹੋਵੇਗੀ। ਉਸ ਦੌਰਾਨ ਤੁਸੀਂ ਕਿਸੇ ਵੀ ਟਾਈਮ ਜਾ ਕੇ ਅਰਜ਼ੀ ਆਪਣੀ ਜਮ੍ਹਾਂ ਕਰ ਸਕਦੇ ਹੋ ਜੀ। ਸਥਾਨ ਹੈ ਜੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਵਿੱਚ। ਇੰਟਰਵਿਊ ਟੈਸਟ ਦੀ ਜਾਣਕਾਰੀ ਇਹਨਾਂ ਦੀ ਆਫਿਸਰੀ ਵੈਬਸਾਈਟ 'ਤੇ ਅਪਲੋਡ ਕਰ ਦਿੱਤੀ ਜਾਵੇਗੀ, ਉੱਥੋਂ ਤੁਸੀਂ ਦੇਖ ਸਕਦੇ ਹੋ ਜੀ। ਪਤਾ ਦੋਸਤੋ ਸੈਲਰੀ ਦੀ ਗੱਲ ਕਰਦੇ ਹਾਂ, ਜਿਸ ਦਿਨ ਵੀ ਤੁਹਾਨੂੰ ਕੋਈ ਕੰਮ ਦਿੱਤਾ ਜਾਂਦਾ ਜੀ, ਉਸ ਦਿਨ ਦਾ ਪਰ ਡੇ ਦਾ ਤੁਹਾਨੂੰ 400 ਰੁਪਇਆ ਦਿੱਤਾ ਜਾਵੇਗਾ। ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਜੋ ਚੰਡੀਗੜ੍ਹ ਵਿੱਚ ਹੈ ਜੀ, ਉਹਦੇ ਅਨੁਸਾਰ ਭੱਤੇ ਨੂੰ ਵਧਾ ਦਿੱਤਾ ਜਾਵੇਗਾ ਜੀ ਟਾਈਮ ਟੂ ਟਾਈਮ। ਪੈਰਾਲੀਗਲ ਵਲੰਟੀਅਰਸ ਦੇ ਕੰਮ, ਦੋਸਤੋ ਇਹਨਾਂ ਦੇ ਕੰਮ ਕੀ ਹੋਣਗੇ ਜੀ? ਕਾਨੂੰਨੀ ਜਾਗਰੂਕਤਾ ਫੈਲਾਉਣਾ, ਸਮਾਜ ਵਿੱਚ ਹੋ ਰਹੀ ਕਿਸੇ ਵੀ ਵਧੀਕੀ ਦੀ ਰਿਪੋਰਟ ਕਰਨਾ, ਮੁਫਤ ਕਾਨੂੰਨੀ ਸੇਵਾਵਾਂ ਦਿਲਾਉਣਾ, ਲੋੜਵੰਦ ਸਹਿਰੀਆਂ ਦੀ ਮਦਦ ਕਰਨਾ, ਲੋਕਾਂ ਨੂੰ ਲੋਕ ਅਦਾਲਤਾਂ, ਮੈਡੀਏਸ਼ਨ ਸੈਂਟਰ ਅਤੇ ਸਥਾਈ ਲੋਕ ਅਦਾਲਤਾਂ ਦੀ ਜਾਣਕਾਰੀ ਦੇਣਾ, ਲੀਗਲ ਐਡ ਕਲੀਨਿਕ ਚਲਾਉਣਾ ਅਤੇ ਫਰੰਟ ਆਫਿਸ ਸੰਬੰਧੀ ਡਿਊਟੀ ਨਿਭਾਉਣਾ ਆਦਿ ਇਹਨਾਂ ਦੇ ਕੰਮ ਹੋਣਗੇ ਜੀ। ਦੋਸਤੋ ਇਹਨਾਂ ਪੋਸਟਾਂ ਲਈ ਜੋ ਐਲੀਜੀਬਲ ਕੈਂਡੀਡੇਟਸ ਹੋਣਗੇ, ਕੌਣ ਕੌਣ ਇਹਨਾਂ ਨੂੰ ਅਪਲਾਈ ਕਰ ਸਕਦਾ ਜੀ? ਗਰੁੱਪ ਵਿਅਕਤੀ ਜਿਨ੍ਹਾਂ ਵਿੱਚੋਂ ਪੈਰਾਲੀਗਲ ਵਲੰਟੀਅਰ ਚੁਣੇ ਜਾਣਗੇ। ਨੰਬਰ 1 ਜੀ ਅਧਿਆਪਕ, ਚਾਹੇ ਰਿਟਾਇਰ ਚਾਹੇ ਉਹ ਸਰਵਿਸ ਕਰਦਾ, ਦੋਨੋਂ ਅਪਲਾਈ ਕਰ ਸਕਦੇ ਨੇ ਜੀ। ਨੰਬਰ 2 ਜੀ ਰਿਟਾਇਰ ਸਰਕਾਰੀ ਮੁਲਾਜ਼ਮ ਜਾਂ ਸੀਨੀਅਰ ਸਿਟੀਜ਼ਨ, MSW ਦੇ ਵਿਦਿਆਰਥੀ ਅਤੇ ਅਧਿਆਪਕ। ਨੰਬਰ 4 ਜੀ ਆਂਗਨਵਾੜੀ ਵਰਕਰਸ। ਨੰਬਰ 5 ਜੀ ਡਾਕਟਰ। ਨੰਬਰ 6 ਜੀ ਗੈਰ ਸਿਆਸੀ ਵਿਅਕਤੀ, NGO ਅਤੇ ਕਲੱਬ। ਨੰਬਰ 7 ਜੀ ਔਰਤਾਂ ਦੇ ਸਵੈ ਹੈਲਪ ਗਰੁੱਪ ਅਤੇ ਹੋਰ ਸ਼੍ਰੇਣੀਆਂ ਨਾਲ ਸੰਬੰਧਿਤ ਸਵੈ ਹੈਲਪ ਗਰੁੱਪ। ਨੰਬਰ 8 ਜੀ ਪੜ੍ਹੇ ਲਿਖੇ ਕੈਦੀ। ਨੰਬਰ 9 ਜੀ ਕੋਈ ਵੀ ਅਜਿਹਾ ਵਿਅਕਤੀ ਜੋ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਸਬ ਡਿਵੀਜ਼ਨ ਲੀਗਲ ਸਰਵਿਸ ਅਥਾਰਟੀ ਵੱਲੋਂ ਯੋਗ ਪਾਇਆ ਜਾਏਗਾ, ਉਹ ਕੈਂਡੀਡੇਟਸ ਅਪਲਾਈ ਕਰ ਸਕਦੇ ਨੇ ਜੀ। ਨੋਟ, ਬਿਨੈਕਾਰ ਵੱਲੋਂ ਬਿਨੈ ਪੱਤਰ ਦੇ ਨਾਲ ਇੱਕ ਸਵੈ ਘੋਸ਼ਣਾ ਪੱਤਰ ਵੀ ਦਿੱਤਾ ਜਾਵੇਗਾ, ਜਿਸ ਵਿੱਚ ਲਿਖਿਆ ਜਾਵੇਗਾ ਕਿ ਉਸ ਵਿਅਕਤੀ ਉੱਪਰ ਕੋਈ ਵੀ ਦੀਵਾਨੀ ਜਾਂ ਫੌਜਦਾਰੀ ਮੁਕੱਦਮਾ ਅਦਾਲਤ ਵਿੱਚ ਨਹੀਂ ਚੱਲਦਾ, ਨਾ ਹੀ ਉਸ ਵਿਅਕਤੀ ਦਾ ਕਿਸੇ ਰਾਜਨੀਤਿਕ ਸੰਗਠਨ ਨਾਲ ਸੰਬੰਧ ਹੋਵੇ। ਜਾਣਕਾਰੀ ਗਲਤ ਪਾਈ ਜਾਣ ਦੀ ਸੂਰਤ ਵਿੱਚ ਬਿਨੈਕਾਰ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੋ ਅੱਧੇ ਅਧੂਰੇ ਐਪਲੀਕੇਸ਼ਨ ਫਾਰਮ ਹੋਣਗੇ ਜੀ, ਉਹਨਾਂ ਨੂੰ ਰਿਜੈਕਟ ਕਰ ਦਿੱਤਾ ਜਾਵੇਗਾ ਜੀ ਬਿਨਾਂ ਕੋਈ ਕਾਰਨ ਦੱਸੇ ਹੋਏ। ਜਦੋਂ ਤੁਸੀਂ ਇੰਟਰਵਿਊ ਅਟੈਂਡ ਕਰਨਾ ਜੀ, ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ TADA ਦਾ ਭੁਗਤਾਨ ਨਹੀਂ ਕੀਤਾ ਜਾਵੇਗਾ। ਉਮੀਦ ਕਰਦਾ ਹਾਂ ਮੇਰਾ ਵੀਡੀਓ ਤੁਹਾਨੂੰ ਚੰਗਾ ਲੱਗਿਆ ਹੋਊਗਾ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਫਿਰ ਮਿਲਾਂਗੇ ਇੱਕ ਨਵੇਂ ਭਰਤੀ ਦੀ ਨੋਟੀਫਿਕੇਸ਼ਨ ਦੇ ਨਾਲ।